اعوذ باللہ من الشیطان الرجیم، بسم اللہ الرحمن الرحیم۔ السلام علیکم ورحمۃ اللہ وبرکاتہ۔ کی حال نے جی ویراں بھراواں دے؟ امید کردے ہیں جی سارے بھرا ٹھیک ٹھاک ہوں گے۔ مالک خالق کریم اللہ سب تے اپنا فضل کرم تے رحم فرماوے۔ اللہ پاک ہر کسی دیاں مشکلاں آسان فرماوے۔ ویر جی، لالا جی، اج دی ویڈیو انشاءاللہ تانوں ਅੱਜ ਕੱਲ੍ਹ ਜਿਹੜਾ ਮੌਸਮ ਚੱਲ ਰਿਹਾ ਇਹਦੇ ਬਿਲਕੁਲ ਇਹਦੇ ਮੁਤਾਬਕ ਹੀ ਜਿਹੜੇ ਕਬੂਤਰ ਕੁਛ ਭਰਾਵਾਂ ਨੇ ਪਰ ਪਟਾਈ ਕਰ ਦਿੱਤੀ, ਕੁਝ ਭਰਾਵਾਂ ਨੂੰ ਇਹ ਪਰ ਪਟਾਈ ਕਰਨੀ, ਹਾਈ ਫਲਾਇਰ ਨੇ ਤਕਰੀਬਨ ਜ਼ਿਆਦਾ ਨੇ ਪਰ ਪਟਾਈ ਕਰ ਦਿੱਤੀ, ਕੁਝ ਨੇ ਕਰਨੀ ਹੈ ਅਤੇ ਲੋਅ ਫਲਾਇਰ ਨੇ ਤਕਰੀਬਨ ਸਾਰਿਆਂ ਨੇ ਅਜੇ ਕਰਨੀ। ਉਹਦੇ ਮੁਤਾਬਕ ਲਾਲਾ ਜੀ ਤੁਹਾਨੂੰ ਅੱਜ ਦਾਣਾ ਨਹੀਂ ਬਲਕਿ ਇੰਝ ਆਖੋ ਤੁਸੀਂ, ਇੱਕ ਐਸਾ ਲਾਜਵਾਬ ਨੁਕਸਾ ਜਿਹੜਾ ਮੇਰਾ ਅਜ਼ਮਾਇਆ ਗਰੰਟਡ, ਔਰ ਅਲਹਮਦੁਲਿਲਾ ਪਾਕਿਸਤਾਨ ਦੇ ਤਕਰੀਬਨ ਤੁਹਾਡੇ 70-80% ਛੱਤਾਂ 'ਤੇ ਇਸਤੇਮਾਲ ਹੋਣ ਵਾਲੀ ਚੀਜ਼, ਉਹ ਵੀਰਾਂ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ। ਅਤੇ ਇੱਕ ਜਿਹੜਾ ਗਰਮੀ ਦੇ ਵਿੱਚ ਅਕਸਰੀਅਤ ਭਰਾਵਾਂ ਦਾ ਸਵਾਲ ਆਈ ਆ, ਗਰਮੀ ਦੇ ਵਿੱਚ ਹੀ ਅੱਗੇ ਪਿੱਛੇ ਕਬੂਤਰ ਨੂੰ ਤਾਹ ਲੱਗ ਜਾਂਦਾ, ਕਬੂਤਰ ਨੂੰ ਦੇਸੀ ਤਰੀਕੇ ਨਾਲ ਬਿਲਕੁਲ ਪਰਫੈਕਟ ਇਲਾਜ ਕਿਵੇਂ ਬਚਾਇਆ ਜਾਏ। ਜਿਹੜੇ ਵਿਟਾਮਿਨ ਹਰ ਬੰਦੇ ਦੀ ਪਹੁੰਚ 'ਚ ਨਹੀਂ, ਮੈਨੂੰ ਅੰਦਾਜ਼ਾ ਹੋ ਗਿਆ ਇਹ ਹਰ ਬੰਦੇ ਦੀ ਪਹੁੰਚ 'ਚ ਨਹੀਂ, ਬਾਕੀ ਅੱਲਾ ਪਾਕ ਆਸਾਨੀਆਂ ਫਰਮਾਏਗਾ ਇਨਸ਼ਾਅੱਲਾ ਜਿਵੇਂ ਜਿਵੇਂ ਆਇਆ। ਇੱਕ ਮੈਂ ਛੋਟੀ ਜਿਹੀ ਗੱਲ ਅੱਜ ਕਲੀਅਰ ਕਰਦਾ ਜਾਂ, ਅਕਸਰੀਅਤ ਵੀਰਾਂ ਦੀ ਮੈਨੂੰ ਇਹ ਸਵਾਲ ਕਰਦੇ ਨੇ ਕਿ ਭਾਈਜਨ ਤੁਸੀਂ ਆਪਣਾ ਟੈਸਟ ਕਰਵਾਇਆ ਕਿ ਨਹੀਂ ਕਰਵਾਇਆ, ਤੁਹਾਡਾ ਕੀ ਬਣਿਆ, ਤੁਹਾਡੀ ਸਿਹਤ ਕਿਵੇਂ। ਭਾਈਜਨ ਮੈਂ ਇੱਕ ਗੱਲ ਅੱਜ ਤੁਹਾਨੂੰ ਕਲੀਅਰ ਕਰਦੇ ਹਾਂ, ਮੈਂ ਵੈਸੇ ਆਲਰੇਡੀ ਅਲਹਮਦੁਲਿਲਾ ਬਿਲਕੁਲ ਠੀਕ ਹਾਂ। ਮੈਨੂੰ ਯਾਨੀ ਕਿ ਕੋਈ ਐਸਾ ਮਸਲਾ ਮਸਾਇਲ ਨਹੀਂ ਕਿ ਮੈਨੂੰ ਕੋਈ ਬੁਖਾਰ ਹੈ, ਮੈਨੂੰ ਕੋਈ ਜ਼ੁਕਾਮ ਹੈ, ਮੇਰਾ ਕੋਈ ਜਿਸਮ ਦਰਦ ਹੈ ਜਾਂ ਮੈਨੂੰ ਕੋਈ ਕਮਜ਼ੋਰੀ, ਐਸੀ ਕੋਈ ਗੱਲ ਨਹੀਂ ਅਲਹਮਦੁਲਿਲਾ। ਮੈਂ ਇੱਕ ਵੀਰ ਦਾ ਮੈਂ ਮਸ਼ਕੂਰ ਹਾਂ ਜਿਹੜੇ ਮੇਰਾ ਚਲੋ ਹਾਲ ਚਾਲ ਪੁੱਛਦੇ ਜਾਂ ਮੇਰੀ ਖੈਰੀਅਤ ਦਰਿਆਫਤ ਕਰਦੇ ਨੇ, ਮੈਂ ਅਲਹਮਦੁਲਿਲਾ ਵੀਰ ਜੀ ਠੀਕ ਹਾਂ, ਮੈਨੂੰ ਐਸੀ ਕੋਈ ਗੱਲ ਨਹੀਂ। ਹਾਂ, ਇਹ ਤਾਂ ਆਉਣ ਵਾਲੇ ਵਕਤ ਦੀ ਸਮਝੋ ਪਛੀਨ ਗੋਈ ਹੈ ਨਾ ਕਿ ਆਹ ਬਿਮਾਰੀ ਹੈ, ਇਹਦੇ ਵਾਸਤੇ ਆਪਣਾ ਇਲਾਜ ਮੁਆਲਜਾ ਕਰਾਉਣਾ ਮੈਂ। ਯਾਨੀ ਕਿ ਜੇ ਵਕਤੀ ਤੌਰ ਆਖੋ ਤਾਂ ਵਕਤੀ ਤੌਰ ਮੈਨੂੰ ਅਲਹਮਦੁਲਿਲਾ ਕੁਛ ਨਹੀਂ, ਮੈਂ ਬਿਲਕੁਲ ਪਰਫੈਕਟ ਆ ਭਾਈਜਨ ਅਲਹਮਦੁਲਿਲਾ। ਮੈਂ ਬਿਲਕੁਲ ਸਹੀ ਖਾਂਦਾ ਪੀਂਦਾ, ਬਾਹਰ ਭੈਣਾਂ ਭਰਾਵਾਂ 'ਚ ਆਉਂਦਾ ਜਾਂਦਾ ਟੁਰਦਾ ਫਿਰਦਾ, ਐਸੀ ਕੋਈ ਗੱਲ ਨਹੀਂ ਕਿ ਮੈਂ ਚਾਰ ਪਾਈ 'ਤੇ ਲੇਟਿਆ ਜਾਂ ਮੈਨੂੰ ਕੋਈ ਐਸੀ ਕੋਈ ਕੰਡੀਸ਼ਨ ਨਹੀਂ। ਅਲਹਮਦੁਲਿਲਾ ਮੈਂ ਪਰਫੈਕਟ ਹਾਂ, ਮੈਂ ਬਿਲਕੁਲ ਠੀਕ ਹਾਂ। ਔਰ ਮੈਂ ਅੱਜ ਆਪਣੇ ਪਿੰਡ ਵੀ ਜਾ ਰਿਹਾ, ਔਰ ਮੈਂ ਇਨਸ਼ਾਅੱਲਾ ਇੱਕ ਅੱਧਾ ਦਿਨ ਉੱਥੇ ਹੀ ਰਹਾਂਗਾ। ਅਤੇ ਗੱਲ ਇਹ ਵੀ ਉਹੋ ਜਿਹੀ ਕੋਈ ਗੱਲ ਨਹੀਂ ਮੇਰੀ ਵਜ੍ਹਾ ਤੋਂ ਕੋਈ ਡਾ ਭਰਾ ਪਰੇਸ਼ਾਨ ਨਾ ਹੋਇਆ ਜੇ ਜ਼ਿਆਦਾ, ਕੁਛ ਭਰਾ ਮੈਨੂੰ ਪਤਾ ਜ਼ਿਆਦਾ ਹੀ ਜਜ਼ਬਾਤੀ ਹੋ ਕੇ, ਰਾਤੀ ਇੱਕ ਮੇਰੇ ਭਰਾ ਨੇ ਤਾਂ ਜਜ਼ਬਾਤ ਦੀ ਅਖੀਰ ਕਰ ਦਿੱਤੀ। ਉਹ ਸਮਝ ਲਓ ਵੀ ਜਿਵੇਂ ਜਮਾਤੇ ਇਸਲਾਮੀ ਵਾਲੇ ਉਹ ਚੰਦਾ ਨਹੀਂ ਇਕੱਠਾ ਕਰਦੇ, ਉਹ ਮੇਰੇ ਭਰਾ ਨੇ ਤਾਂ ਇੱਥੇ ਤੀਕਰਾਂ ਨੌਬਤ ਪਹੁੰਚਾ ਦਿੱਤੀ ਸੀ। ਅੱਲਾ ਪਾਕ ਉਹਨੂੰ ਬਈ ਸਿਹਤ ਤੰਦਰੁਸਤੀ ਦੇਵੇ, ਉਹਦੇ ਆਪਣੇ ਅੰਦਰ ਦੇ ਜਜ਼ਬਾਤ ਸੀ, ਬਾਕੀ ਐਸੀ ਕੋਈ ਗੱਲ ਨਹੀਂ। ਇੱਕ ਇੱਕ ਮੇਰਾ ਭਰਾ ਮੈਨੂੰ ਪਤਾ ਮੇਰੇ ਨਾਲ ਹੈ ਅਲਹਮਦੁਲਿਲਾ, ਮੈਂ ਸਭ ਦੀਆਂ ਤਬੀਅਤਾਂ ਤੋਂ ਵੀ ਵਾਕਫ ਹਾਂ ਅਤੇ ਨੀਤਾਂ ਤੋਂ ਵੀ ਅਲਹਮਦੁਲਿਲਾ ਵਾਕਫ ਹਾਂ। ਕਿੰਨੇ ਭਰਾ ਮੇਰੇ ਨਾਲ ਮੁਖਲਸ ਜੁੜੇ ਨੇ, ਕਿੰਨੇ ਭਰਾ ਆਪਣਾ ਟਾਈਮ ਪਾਸ ਕਰਨ ਵਾਸਤੇ ਜੁੜੇ ਨੇ, ਅਤੇ ਜਿਹੜੇ ਮੁਖਲਸ ਨੇ ਉਹ ਤਾਂ ਮੇਰੇ ਨਾਲ ਨੇ, ਅਤੇ ਜਿਹੜਾ ਟਾਈਮ ਪਾਸ ਕਰਨ ਵਾਸਤੇ ਜੁੜੇ ਨੇ ਭਾਈਜਨ, ਮੈਂ ਉਹਨਾਂ ਵਾਸਤੇ ਪਹਿਲੇ ਆ ਜਾਣਾ ਕਿ ਤੁਸੀਂ ਆਪਣਾ ਟਾਈਮ ਟਪਾਓ। ਜੇ ਤੁਸੀਂ ਆਏ ਆਪਣੇ ਟਾਈਮ ਵਾਸਤੇ ਤਾਂ ਤੁਸੀਂ ਆਪਣਾ ਜਲਦੀ ਤੋਂ ਜਲਦੀ ਮੁੱਦਾ ਬਿਆਨ ਕਰੋ, ਜੇ ਮੇਰੇ ਇਲਮ 'ਚ ਹੋਇਆ ਤਾਂ ਇਨਸ਼ਾਅੱਲਾ ਮੈਂ ਤੁਹਾਡੇ ਤੱਕ ਪਹਿਲੇ ਪਹੁੰਚਾਵਾਂਗਾ। ਜਿਹੜੇ ਮੇਰੇ ਭਰਾ ਮੇਰੇ ਨਾਲ ਮੁਖਲਸ ਜੁੜੇ ਨੇ, ਜਿੰਨਾ ਮੈਨੂੰ ਪਤਾ ਕਿ ਮੇਰੇ ਨਾਲ ਅੱਗੇ ਲੰਬੇ ਚੱਲਦੇ ਵੀ ਆਉਂਦੇ ਨੇ, ਔਰ ਮਜ਼ੀਦ ਜਿਹੜੇ ਨਵੇਂ ਜੁੜ ਕੇ ਮੈਨੂੰ ਪਤਾ ਕਿ ਇੰਨਾ ਲੰਬੇ ਚੱਲਣਾ, ਉਹਨਾਂ ਵਾਸਤੇ ਮੈਂ ਹਾਜ਼ਰ ਹਾਂ। ਲਾਲਾ ਜੀ, ਖੁਰਾਕ ਦੇ ਵਿੱਚ ਤੁਹਾਨੂੰ ਅੱਜ ਇੱਕ ਐਸੀ ਬਿਹਤਰੀਨ ਫਾਰਮੂਲਾ ਦੇਣ ਲੱਗਾ ਇਨਸ਼ਾਅੱਲਾ ਕਿ ਸਮਝੋਗੇ, ਇਨਸ਼ਾਅੱਲਾ ਤੁਹਾਨੂੰ ਪਤਾ ਲੱਗੇਗਾ ਕਿ ਕਬੂਤਰ ਸਰਦੀ 'ਚ ਖਾਧਾ ਕੀ ਅਤੇ ਸਰਦੀ 'ਚ ਕਬੂਤਰ ਆਇਆ ਕਿਵੇਂ। ਲਾਲਾ ਜੀ ਟਾਈਮ ਨਹੀਂ ਜ਼ਾਇਆ ਕਰਦੇ, ਮੁਖਤਸਰ ਜੀ, ਇੱਕ ਪਾ ਤੁਸੀਂ ਲੈਣੇ ਨੇ ਚਾਰੋਂ ਮਗਜ਼, ਇੱਕ ਪਾਈਆ ਚਾਰੇ ਮਗਜ਼, ਪਿਸਤਾ ਲੈਣਾ ਪਿਸਤਾ ਸਬਜ਼ ਅੱਧ ਪਾ ਲੈਣਾ ਪਿਸਤਾ ਸਬਜ਼, ਇੱਕ ਪਾਈਆ ਤੁਸੀਂ ਲੈਣੀਆਂ ਨੇ ਬਦਾਮਾਂ ਦੀਆਂ ਗਿਰੀਆਂ ਅੱਛੀਆਂ, ਇਰਾਨੀ ਮਿਲ ਜਾਣ, ਅਮੈਰੀਕਨ ਮਿਲ ਜਾਣ, ਦੇਸੀ ਮਿਲ ਜਾਣ, ਕੋਸ਼ਿਸ਼ ਕਰਿਆ ਜੀ ਵੀ ਕੌੜਾ ਨਾ ਹੋਵੇ ਵਿੱਚ, ਅੱਛੀਆਂ ਗਰੀਆਂ ਹੋ ਜਾਣ, ਇੱਕ ਪਾਈਆ ਉਹ ਲੈਣੀਆਂ। ਅੱਧੀ ਸਟਾਂਕੀ ਵੀਰ ਜੀ ਤੁਸੀਂ ਲੈਣੀ ਹੈ ਕਾਲੀ ਮਿਰਚ ਅੱਧੀ ਸਟਾਂਕ। ਇਹਨਾਂ ਸਾਰੀਆਂ ਚੀਜ਼ਾਂ ਨੂੰ ਭਾਈ ਜਾਨ ਤੁਸੀਂ ਪਾਊਡਰ ਕਰਨਾ ਕਿਸੇ ਗ੍ਰੈਂਡਰ ਮਿਕਸੀ 'ਚ ਪਾ ਕੇ, ਜਾਂ ਅਗਰ ਦੌਰੀ ਡੰਡੇ 'ਚ ਕਰੋ ਤਾਂ ਖਿਆਲ ਕਰਿਆ ਜੇ ਬਦਾਮਾਂ ਦਾ ਤੇਲ ਨਾ ਨਿਕਲੇ।
ਉਂਝ ਮਿਕਸੀ 'ਚ ਕਰ ਲਓਗੇ ਤਾਂ ਅੱਛਾ, ਗਰੈਂਡਰ 'ਚ ਜਾਂ ਮਿਕਸੀ ਮਸਾਲਾ ਬਣਾਉਣ ਵਾਲੀ ਮਸ਼ੀਨ 'ਚ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਲਾ ਜੀ ਤੁਸੀਂ ਬਣਾ ਲੈਣਾ ਪਾਊਡਰ, ਪਾਊਡਰ ਟੈਪ ਪਾਊਡਰ ਸ਼ੇਕ ਬਣ ਜਾਏਗੀ ਇਹਦੇ ਵੀਰ ਜੀ। ਇੱਕ ਆਟੇ ਦੇ ਪੇੜੇ ਦੇ ਵਿੱਚ 2 ਚਮਚ ਇੱਧਰੋਂ ਪਾ ਕੇ ਤੁਸੀਂ ਐਡ ਕਰਨੇ ਨੇ, ਔਰ ਉਸ ਆਟੇ ਨੂੰ ਤੁਸੀਂ ਗੁੰਨਣਾ ਦੁੱਧ ਦੇ ਵਿੱਚ। ਕੁਝ ਭਰਾਵਾਂ ਨੂੰ ਮੇਰੀ ਗੱਲ ਹੋ ਸਕਦਾ ਅਜੀਬ ਲੱਗੇ, ਲੇਕਿਨ ਹਕੀਕਤ ਜੇ ਕਬੂਤਰਬਾਜ਼ੀ ਜੀ ਤੁਹਾਡੇ ਵਾਸਤੇ, ਕੁਛ ਭਰਾਵਾਂ ਵਾਸਤੇ ਹੋ ਸਕਦਾ ਨਵਾਂ ਉਹਨਾਂ ਨੂੰ ਅਕਲ ਜਿਹਾ ਪਵੇ, ਲੇਕਿਨ ਇਹ ਯਕੀਨ ਮੰਨੋ ਇਹ ਜੈਨ ਮੰਜੇ ਔਰ ਕਬੂਤਰਬਾਜ਼ੀ ਜੀ। ਦੁੱਧ ਦੇ ਵਿੱਚ ਉਸ ਆਟੇ ਨੂੰ ਗੁੰਨਣਾ, ਤੁਸੀਂ ਗੁੰਨ ਕੇ ਉਹਦੀ ਤੁਸੀਂ ਰੋਟੀ ਪਕਾ ਲੈਣੀ। ਅਗਰ ਤਾਂ ਜਿਹਨਾਂ ਭਰਾਵਾਂ ਕੋਲੋਂ ਘਿਓ ਬਣਿਆ ਹੋਇਆ ਪਿਆ ਜਿਹੜਾ ਮੈਂ ਦੱਸ ਚੁੱਕਿਆ ਪਹਿਲੇ, ਅਤੇ ਭਾਅ ਜੀ ਰੋਟੀ ਬਣਾ ਕੇ ਅੱਛੇ ਤਰੀਕੇ ਨਾਲ ਪਹਿਲੇ ਭੋਰੇ ਕਰਕੇ ਫਿਰ ਉੱਤੇ ਥੋੜ੍ਹਾ ਜਿਹਾ ਘਿਓ ਸੱਟ ਕੇ ਦੇਣਾ, ਅੱਛੇ ਤਰ੍ਹਾਂ ਮਿਕਸ ਕਰਕੇ ਕਬੂਤਰਾਂ ਦੇ ਅੱਗੇ ਰੱਖ ਦੇਣਾ। ਅਗਰ ਘਿਓ ਕਿਸੇ ਭਰਾ ਕੋਲ ਬਣਿਆ ਨਹੀਂ ਪਿਆ ਹੋਇਆ ਜਾਂ ਘਿਓ ਨਹੀਂ ਹੈਗਾ, ਕੋਈ ਗੱਲ ਨਹੀਂ ਵੀਰ ਜੀ, ਇੰਝ ਹੀ ਇਹਦੇ ਤੁਸੀਂ ਪਹਿਲੇ ਟਾਈਮ ਲਾਜ਼ਮ ਕਬੂਤਰਾਂ ਨੂੰ ਇੱਕ ਇੱਕ ਕਬੂਤਰ ਨੂੰ ਭੋਰੇ ਪਾਓ। ਜਿਵੇਂ ਜਿਵੇਂ ਭੋਰੇ ਪਾਓਗੇ, ਜੇ ਤਾਂ ਤੁਸੀਂ ਪਰ ਪਟਾਈ ਕੀਤੀ ਤਾਂ ਇਨਸ਼ਾਅੱਲਾ ਪਰ ਹੋਰ ਮਜ਼ੀਦ ਪਰਫੈਕਟ ਅੱਛੇ ਹੋਣਗੇ। ਅਗਰ ਪਰ ਪਟਾਈ ਕਰਨੀ ਹੈ ਤਾਂ ਤੁਸੀਂ ਦੇਖਿਆ ਜੀ ਇਨਸ਼ਾਅੱਲਾ ਪਰਾਂ ਦੇ ਗੁੱਲੇ ਨਿਕਲਦੇ ਕਿਵੇਂ ਨੇ, ਔਰ ਪਰ ਕਿੱਡਾ ਜਾਨਦਾਰ ਅਤੇ ਤਗੜਾ ਨਿਕਲਿਆ ਕਰੇਗਾ, ਇਨਸ਼ਾਅੱਲਾ ਬਹੁਤ ਅੱਛਾ ਅਤੇ ਬਿਹਤਰੀਨ ਪਰ ਨਿਕਲੇਗਾ। ਠੀਕ ਹੋ ਗਿਆ ਇਹ ਤੁਸੀਂ ਲਾਲਾ ਜੀ, ਯਾਨੀ ਕਿ ਅਗਰ ਹੁਣ ਤੋਂ ਸ਼ੁਰੂ ਕਰਦੇ ਨੇ ਪਰ ਪਟਾਈ ਕਰ ਲਈ ਤਾਂ ਵੀ, ਪਰ ਪਟਾਈ ਅਗਰ ਕਰਨੀ ਤਾਂ ਵੀ, ਦੋਵਾਂ ਸੂਰਤਾਂ ਦੇ ਵਿੱਚ ਤੁਸੀਂ ਉਹਨੂੰ ਸ਼ੁਰੂ ਕਰ ਦੇਣਾ। ਅਗਰ ਤੁਸੀਂ ਹੁਣ ਤੋਂ ਸ਼ੁਰੂ ਕਰਦੇ ਜੇ ਮਤਲਬ ਹੈ ਫਰਵਰੀ ਤੋਂ, ਤੁਸੀਂ ਭਾਈ ਜੀ ਇਹ 10 ਅਪ੍ਰੈਲ ਤੱਕ ਮਤਵਾਤਰ ਪਾਉਣਾ, 10 ਅਪ੍ਰੈਲ ਤੱਕ ਇਹ ਪ੍ਰੋਪਰ ਮਤਵਾਤਰ ਤੁਸੀਂ ਕਬੂਤਰਾਂ ਨੂੰ ਪਾਈ ਜਾਣਾ। ਇਹਦਾ ਇੱਕ ਜ਼ਰਾ ਜਿੰਨਾ ਵੀ ਕੋਈ ਸਾਈਡ ਇਫੈਕਟ ਨਹੀਂ, ਨਾ ਇਹਨੇ ਵਾਧੀ ਹੋ ਕੇ ਕਬੂਤਰਾਂ ਨੂੰ ਜ਼ਿਆਦਾ ਮੋਟਾ ਹੋਣ ਦੇਣਾ, ਨਾ ਇਹਨਾਂ ਕਬੂਤਰ ਦੇ ਜਿਸਮ 'ਤੇ ਫਾਲਤੂ ਚਰਬੀ ਚੜ੍ਹਨ ਦੇਣੀ, ਯਾਨੀ ਕਹਿੰਦਾ ਕੋਈ ਨੁਕਸਾਨ ਨਹੀਂ ਹੈਗਾ। ਇਹ ਅਲਹਮਦੁਲਿਲਾ ਇੰਝ ਪਰਫੈਕਟ ਚੀਜ਼ ਹੈ, ਇਹ ਸਮਝੋ ਕਿ ਤੁਹਾਡੇ ਕਬੂਤਰਾਂ ਨੂੰ ਉਹ ਤਾਕਤ ਹੈ ਜਿਹੜੀ ਇਨਸ਼ਾਅੱਲਾ ਗਰਮੀ ਦੇ ਵਿੱਚ ਕੰਮ ਆਉਣੀ, ਜਿਹੜੇ ਕਬੂਤਰ ਦਾਣਿਆਂ ਦੇ ਵੀ ਅੱਲਾ ਦੇ ਹੁਕਮ ਨਾਲ ਬਦਾਮ ਵਾਲਿਆਂ ਦੇ ਬਰਾਬਰ ਇਨਸ਼ਾਅੱਲਾ ਪ੍ਰਵਾਸ ਕਰਨਗੇ ਅੱਲਾ ਦੇ ਹੁਕਮ ਨਾਲ। ਫਿਰ ਜਦੋਂ ਇਹ ਕਬੂਤਰ ਇਹ ਚੀਜ਼ਾਂ ਖਾ ਕੇ ਥਿੰਦਾ ਹੋ ਕੇ ਅੱਗੇ ਆਇਆ ਹੁੰਦਾ ਨਾ ਵੀਰ ਜੀ, ਫਿਰ ਉਹਦੇ ਅੱਗੇ ਅਸੀਂ ਜ਼ਹਿਰ ਵੀ ਅਗਰ ਅੰਦਰ ਸੱਟਣੇ ਨਾ ਤਾਂ ਉਹ ਬਰਦਾਸ਼ਤ ਕਰਦਾ। ਮੈਂ ਹੁਣ ਕਿਸੇ ਮੌਜੂ ਹੋਰ 'ਤੇ ਗੱਲ ਨਹੀਂ ਕਰਦਾ ਵੀ ਕੋਈ ਮੈਨੂੰ ਕੀ ਆਉਂਦਾ ਕੋਈ ਕੀ ਆਉਂਦਾ, ਇਹ ਬਸ ਸਾਰੀਆਂ ਗੱਲਾਂ ਪਿੱਛੇ ਨੇ। ਆਪਾਂ ਇਨਸ਼ਾਅੱਲਾ ਹੁਣ ਅੱਗੇ ਦੀ ਅੱਗੇ ਜਾਣਾ, ਇਨਸ਼ਾਅੱਲਾ ਕੋਸ਼ਿਸ਼ ਕਰਨੀ ਵੀ ਆਪਾਂ ਅੱਗੇ ਦਾ ਸੋਚਣਾ ਅਤੇ ਇਹ ਅੱਗੇ ਟੁਰਨਾ, ਪਿੱਛੇ ਜਿਹੜੇ ਬੋਲਦੇ ਨੇ ਸ਼ਾਬਾ ਵੀ ਤੁਹਾਡੇ, ਅੱਲਾ ਬਾਲਕ ਤੁਹਾਡਾ ਵੀ ਭਲਾ ਕਰੇ ਭਾਈ। ਅਤੇ ਦੂਜੇ ਨੰਬਰ 'ਤੇ ਲਾਲਾ ਜਿਹੜੇ ਅਕਸਰ ਸਾਡੇ ਕਬੂਤਰ ਹੁਣ ਸਰਦੀਆਂ ਦੇ ਵਿੱਚ ਕਹੀਆਂ, ਇੱਕ ਦੋ ਵੀਰਾਂ ਦੇ ਮੈਨੂੰ ਕਮੈਂਟ ਆਏ ਨੇ ਜੇ ਕਬੂਤਰ ਜ਼ੋਰ ਮਾਰਿਆ ਅਤੇ ਸਾੜ ਕਰ ਗਏ ਨੇ ਅਤੇ ਕੱਟਿਆ ਕਬੂਤਰ ਉੱਡ ਗਿਆ ਇੱਕ ਭਾਈ ਦਾ, ਅਤੇ ਉਹ ਵੀ ਇਹ ਗੱਲ ਦੱਸਦੇ ਬਿਜ਼ਨੀ ਇੰਡੀਆ 'ਚ ਮੇਰੇ ਵੀਰ ਜੀ। ਲਾਲਾ ਜੀ ਇਹਦਾ ਪਰਫੈਕਟ ਹੁੰਦਾ, ਅੱਜ ਕੱਲ੍ਹ ਕਬੂਤਰ ਜ਼ੋਰ ਮਾਰ ਕੇ ਸੜਦਾ ਨਹੀਂ ਹੈਗਾ, ਅੱਜ ਕੱਲ੍ਹ ਕਬੂਤਰ ਹੋ ਜਾਂਦਾ ਸਰਦ ਗਰਮ ਕੰਡੀਸ਼ਨ ਦੇ ਵਿੱਚ। ਇਹਦੇ ਵਾਸਤੇ ਵੀ ਇੱਕ ਫਾਰਮੂਲਾ ਤੁਹਾਨੂੰ ਦੱਸਣਾ, ਔਰ ਜਿਹੜੇ ਕਬੂਤਰ ਗਰਮੀ ਦੇ ਵਿੱਚ ਅਕਸਰ ਬੜਾ ਜ਼ੋਰ ਮਾਰ ਕੇ ਨਾ ਅਤੇ ਆ ਕੇ ਸੜ ਕੇ ਡਿੱਗਦੇ ਨੇ, ਉਹਨਾਂ ਵਾਸਤੇ ਵੀ ਤੁਹਾਨੂੰ ਅੱਜ ਇੱਕ ਚੀਜ਼ ਦੇਣੇ ਆ। ਜਿਹੜਾ ਕਬੂਤਰ ਲਾਲਾ ਜੀ ਜਿਨ੍ਹਾਂ ਦੀ ਪਹੁੰਚ ਦੇ ਵਿੱਚ ਬਿਲਫਰਜ਼ ਦੇ ਵਿਟਾਮਿਨ ਨਹੀਂ, ਕਬੂਤਰ ਆਇਆ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਉਹ ਜ਼ੋਰ ਮਾਰਿਆ ਬੈਠਾ ਰਾਤ ਨੂੰ, ਬਾਅਦ ਜੋ ਠਰ ਜਾਂਦਾ ਕਬੂਤਰ ਸਰਦ ਗਰਮ ਹੋ ਜਾਂਦਾ, ਉਹਦੇ ਵਾਸਤੇ ਲਾਲਾ ਜੀ ਤੁਸੀਂ ਸੁੰਡ ਕਾਲੇ ਚਣੇ ਜਿੰਨੀ ਮਗਾਂ ਇੰਨਾ ਕੁ ਟੋਟਾ ਲੰਬੇ ਰੰਗ ਹੁੰਦੀ ਹੈ, ਯਾਨੀ ਕਿ ਮਗਾਂ ਕਾਫੀ ਭਰਾਵਾਂ ਨੂੰ ਪਤਾ, ਕੁਝ ਵੀਰ ਹੋ ਸਕਦਾ ਨਾ ਜਾਣਦੇ ਹੋਣ, ਐਡੇ ਲੰਬਾ ਟੁਕੜਾ ਹੁੰਦਾ ਮਗਾਂ, ਮਗਾਂ ਇੱਕ ਟੋਟਾ, ਸੌਂਫ ਇੱਕ ਚੂੰਡੀ ਇੰਜ, ਅਨਾਰਦਾਣੇ ਦਾ ਤਕਰੀਬਨ ਚਮਚ ਦਾ ਚੌਥਾ ਹਿੱਸਾ, ਪੁਦੀਨਾ ਲਾਲਾ ਜੀ ਤੁਸੀਂ ਲੈਣਾ ਤਾਜ਼ਾ ਫਰੈਸ਼ 3-4 ਪੱਤੀਆਂ, ਇੱਕ ਗਲਾਸ ਪਾਣੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪਾ ਲੈਣਾ। ਇਹਨਾਂ ਨੂੰ ਥੋੜ੍ਹਾ ਜਿਹਾ ਟੁਕੜਾ ਦਾਲਚੀਨੀ ਦਾ ਵੀ ਸੱਟ ਦਿਉ, ਇਹਨਾਂ ਨੂੰ ਉਬਾਲੇ ਦੇਣੇ ਨੇ 8-10 ਉਬਾਲੇ ਦੇਣ ਤੋਂ ਬਾਅਦ ਵੀਰ ਜੀ ਤੁਸੀਂ ਇਹਨੂੰ ਲਾਹ ਕੇ ਪੁਣ ਕੇ ਛਾਣ ਕੇ ਰੱਖ ਲੈਣਾ। ਇਹ ਤੁਸੀਂ ਕਬੂਤਰ ਨੂੰ 2.5 cc ਇਹ ਪਾਣੀ ਅਤੇ 2.5 cc ਸਾਦਾ ਪਾਣੀ ਦੇਣਾ, ਜਿਹੜਾ ਅੱਜ ਕੱਲ੍ਹ ਕਬੂਤਰ ਤੁਹਾਨੂੰ ਲੱਗਿਆ ਕਿ ਤਾਂ ਦੀ ਕੰਡੀਸ਼ਨ ਹੈ, ਅੱਲਾ ਦੇ ਕਬੂਤਰ ਉਹ ਸਰਦ ਗਰਮ ਹੁੰਦਾ, ਉਹ ਕਬੂਤਰ ਇੱਕ ਦੋ ਵਾਰੀ, ਔਰ ਇਹ ਗਰਮੀ ਦੇ ਵਿੱਚ ਵੀ ਇਸਤੇਮਾਲ ਕਰਿਆ, ਜਿਹੜਾ ਕਬੂਤਰ ਸਰਦ ਗਰਮ ਜਿਹੜਾ ਤੁਹਾਡੀ ਸਮਝ 'ਚ ਨਾ ਆਉਂਦਾ ਵੀ ਕਬੂਤਰ ਨੂੰ ਕੀ ਹੋ ਗਿਆ, ਠੰਡਾ ਕੇ ਤੱਤਾ, ਉਹਨੂੰ ਵੀ ਇਸਤੇਮਾਲ ਕਰੋ, ਅਲਹਮਦੁਲਿਲਾ ਕਬੂਤਰ ਇੱਕ ਘੋੜੇ ਰੰਗਾ ਹੋ ਜਾਏਗਾ। ਫਿਰ ਦੂਜੇ ਨੰਬਰ 'ਤੇ ਕਬੂਤਰ ਗਰਮੀ ਦੇ ਵਿੱਚ ਜਿਹੜਾ ਅਕਸਰ ਜ਼ੋਰ ਮਾਰ ਜਾਂਦਾ,
ਕਬੂਤਰ ਬਹੁਤ ਜ਼ਿਆਦਾ ਜ਼ੋਰ ਮਾਰ ਜਾਂਦਾ, ਕਬੂਤਰ ਬੇਤਾਸ਼ਾ ਸੜ ਜਾਂਦਾ ਅੰਦਰੋਂ, ਉਹਨੂੰ ਦੁਬਾਰਾ ਬਹਾਲ ਕਿਸ ਤਰ੍ਹਾਂ ਕੀਤਾ ਜੇ? ਬੁਨਿਆਦੀ ਸੰਭਾਲ ਯਾਨੀ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਦਾ ਪਾਣੀ, ਸਾਦਾ ਪਾਣੀ ਇੱਕ ਬੜੀ ਪਰਫੈਕਟ ਬੁਨਿਆਦੀ ਸੰਭਾਲ ਹੈ। ਅਗਰ ਜ਼ਿਆਦਾ ਕਬੂਤਰ ਵਿਗੜਦਾ ਵੇਖੇ ਤੁਹਾਨੂੰ, ਕਬੂਤਰ ਹੱਥੀ ਨਹੀਂ ਆ ਰਿਹਾ, ਕਬੂਤਰ ਬਿਲਕੁਲ ਸਮਝੋਗੇ ਅਗਲੇ ਹੱਲ ਹੋ ਗਿਆ, ਅਤੇ ਤੁਸੀਂ ਵੀਰ ਜੀ ਡੈਕਸਾ ਦਾ ਇੱਕ ਕਤਰਾ ਪਾਣੀ ਦੇ ਵਿੱਚ ਸੜ ਸਕਦੇ, ਡੈਕਸਾ ਇੰਜੈਕਸ਼ਨ ਦਾ ਜਿਹੜਾ ਉਹਨੂੰ ਸੰਭਾਲ ਵਾਸਤੇ ਦੇਣਾ, ਠੀਕ ਹੈ? ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗੇ ਕਿ ਥੋੜ੍ਹਾ ਜਿਹਾ ਕਬੂਤਰ ਚੱਲਣਾ ਸ਼ੁਰੂ ਹੋ ਗਿਆ, ਹਲਕਾ ਫੁਲਕਾ ਕਬੂਤਰ ਚੱਲ ਗਿਆ, ਤੁਸੀਂ ਵੀਰ ਜੀ ਛੋਟੀ ਇਲਾਚੀ ਇੱਕ, ਚਾਰੇ ਮਗਜ਼ ਦੋ ਦਾਣੇ, ਜ਼ਰਿਸ਼ਕ ਦੋ ਦਾਣੇ, ਸੌਂਫ ਚਾਰ ਤੋਂ ਪੰਜ ਦਾਣੇ, ਤਾਜ਼ਾ ਪੁਦੀਨੇ ਦੀ ਪੱਤੀ, ਤਾਜ਼ਾ ਪੁਦੀਨੇ ਦੀਆਂ ਪੱਤੀਆਂ ਜਿਹੜੀਆਂ ਨਾ ਉਹ ਦੋ, ਤਾਜ਼ਾ ਬਿਲਕੁਲ ਫਰੈਸ਼ ਤਾਜ਼ਾ ਪੁਦੀਨੇ ਦੀਆਂ ਦੋ ਪੱਤੀਆਂ, ਮਿੱਠਾ ਸੋਡਾ ਤੁਸੀਂ ਲੈਣਾ ਮਾਚਸ ਦੀ ਤੀਲੀ 'ਤੇ ਚੜਾਉਣਾ ਸਿਰਫ, ਇਹ ਇੱਕ ਕਬੂਤਰ ਦਾ ਦੱਸ ਰਿਹਾ, ਮਿੱਠਾ ਸੋਡਾ ਤੁਹਾਨੂੰ ਉਹ ਇਸ ਸੂਰਤ 'ਚ ਲੈਣਾ ਜਦੋਂ ਤੁਹਾਨੂੰ ਲੱਗੇ ਵੀ ਕਬੂਤਰ ਹੁਣ ਬਿਲਕੁਲ ਨਹੀਂ ਚੱਲਦਾ ਪਿਆ, ਕਬੂਤਰ ਹੁਣ ਅਰਸ਼ਾ ਜਿਵੇਂ ਪਾਣੀ ਦੇਈਦਾ ਉਵੇਂ ਉਬਲਿਆ ਬਾਹਰ ਕੱਢ ਦਿੰਦਾ, ਕਬੂਤਰ ਚਲਾ ਹੀ ਨਹੀਂ ਰਿਹਾ। ਅਤੇ ਮਿੱਠਾ ਸੋਡਾ ਭਾਈ ਜੀ ਮਾਚਸ ਦੀ ਤੀਲੀ 'ਤੇ ਚੜਾ ਕੇ, ਜਿਹਨੂੰ ਇਹ ਕੱਖ ਵੀ ਆ ਸਕਦੇ ਜੇ, ਚਾਵਲ ਦੇ ਦਾਣੇ ਬਰਾਬਰ ਵੀ ਆ ਸਕਦੇ ਜੇ, ਇੰਨਾ ਮਿੱਠਾ ਸੋਡਾ, ਇੱਕ ਬਦਾਮ, ਇੱਕ ਬਦਾਮ ਭਿੱਗਿਆ ਹੋਇਆ ਉਹਦਾ ਛਿੱਲੜ ਲਾ ਕੇ ਚੈੱਕ ਕਰਕੇ ਮਿੱਠਾ ਬਦਾਮ, ਉਹ ਇਹ ਚੀਜ਼ਾਂ ਦਾ ਅੱਛੇ ਤਰੀਕੇ ਨਾਲ ਰਗੜ ਰਗੜ ਕੇ ਤਸੱਲੀ ਨਾਲ ਇਲਾਚੀ ਅਤੇ ਪੂਰੀ ਦੇ ਬੀਜ ਪਾਉਣੇ ਜੀ, ਇਹਦਾ ਘੋਟਾ ਤਿਆਰ ਕਰ ਲੈਣਾ ਤੁਸੀਂ। ਅੱਛਾ, ਇਹਦੇ ਵਿੱਚ ਤੁਸੀਂ ਪਾਣੀ ਪਾਉਣਾ 20 cc ਪਾਣੀ ਪਾਉਣਾ, ਕਬੂਤਰ ਨੂੰ 3-3 cc ਨੀਟ ਪਾਣੀ ਹੈ, 2-3 ਦਫਾ ਦਿਓ, ਅੱਲਾ ਮੇਰੇ ਦੇ ਹੁਕਮ ਨਾਲ ਕਬੂਤਰ ਹਰ ਸ਼ੱਗ ਜੋ ਵੀ ਉਹਦੇ ਅੰਦਰ ਸਾੜ ਮਾੜ ਕੱਢ ਕੇ ਬਾਹਰ ਮਾਰੇਗਾ। ਜਿਹੜਾ ਕਬੂਤਰ ਚੱਲਿਆ ਨਹੀਂ ਹੋਇਆ ਅਲਹਮਦੁਲਿਲਾ ਉਹ ਵੀ 100% ਚੱਲੇਗਾ। ਅਗਰ ਤੁਹਾਨੂੰ ਫਿਰ ਵੀ ਲੱਗਦਾ ਕਿ ਕਬੂਤਰ ਚੱਲਣ 'ਚ ਮੁਸ਼ਕਲ ਹੈ, ਗਰਮੀ 'ਚ ਕਬੂਤਰ ਸੜੇ ਹੋਏ ਬੜੇ ਔਖੇ ਕਬੂਤਰ ਚੱਲਦੇ ਨੇ, ਜਿਹੜੇ ਭਰਾ ਸੰਭਾਲਦੇ ਨੇ ਉਹ ਬੜਾ ਬਿਹਤਰ ਜਾਣਦੇ ਨੇ। ਅਤੇ ਤੁਸੀਂ ਲਾ ਲਓ ਜੀ ਫਲੈਜਲ, ਜਿਹੜੀ ਆਮ ਅਸੀਂ ਡ੍ਰਿਪ ਨਹੀਂ ਲਵਾਉਂਦੇ ਪਾਣੀ ਵਾਲੀ, ਜੇ ਡ੍ਰਿਪ ਲਵਾਉਣੇ ਛੋਟੀ ਬੋਤਲ, ਉਹ ਬੋਤਲ ਲੈ ਲੈਣੀ, ਉਹਦੇ ਵਿੱਚੋਂ ਤੁਸੀਂ 1 cc ਉੱਧਰੋਂ ਲੈ ਲੈਣਾ ਅਤੇ 2 cc ਉੱਧਰੋਂ ਪਾਣੀ ਲੈ ਲੈਣਾ, ਉਹ ਕਬੂਤਰ ਨੂੰ ਦੇਣਾ। ਇੱਕ ਤਾਂ ਕਬੂਤਰ ਦਾ ਜਿਸਮ ਦਾ ਪਾਣੀ ਵੀ ਪੂਰਾ ਕਰੇਗੀ ਜਲਦੀ, ਬੜੀ ਜਲਦੀ ਕਬੂਤਰ ਨੂੰ ਰਿਕਵਰ ਕਰੇਗੀ, ਔਰ ਉਹ ਇਨਸ਼ਾਅੱਲਾ ਕਬੂਤਰ ਨੂੰ ਫਿਰ ਜਲਦੀ ਚਲਾਏਗਾ ਵੀ, ਇਹ ਸਾਰਾ ਸਮਾਨ ਜਦੋਂ ਮਿਕਸ ਹੋਏਗਾ ਇਹ ਕਬੂਤਰ ਨੂੰ ਅੰਦਰੋਂ ਵੀ ਚਲਾਏਗਾ, ਇਨਸ਼ਾਅੱਲਾ ਬੜੀ ਜਲਦੀ ਕਬੂਤਰ ਦੇ ਅੰਦਰ ਸਾੜ ਕੱਢ ਕੇ ਇਨਸ਼ਾਅੱਲਾ 1-2 ਦਿਨ ਤੋਂ ਬਾਅਦ ਕਬੂਤਰ ਦੁਬਾਰਾ ਪਰਫੈਕਟ ਆਪਣੀ ਵਰੀ ਵਾਸਤੇ ਤਿਆਰ ਹੋਏਗਾ, ਯਾਨੀ ਕਿ ਪ੍ਰਵਾਸ ਦੇਣ ਵਾਸਤੇ ਅਲਹਮਦੁਲਿਲਾ ਪਰਫੈਕਟ ਤਿਆਰ ਹੋ ਜਾਏਗਾ ਕਬੂਤਰ ਤੁਹਾਡਾ। ਸਮਝੋ ਕਿ ਅਗਲੀ ਤੁਸੀਂ ਡਾਰ ਲਵੋਗੇ ਇਨਸ਼ਾਅੱਲਾ ਕਬੂਤਰ ਪ੍ਰੋਪਰ ਉਸੇ ਡਾਰ 'ਤੇ ਚੱਲ ਜਾਏਗਾ ਜਿਹੜੀ 1-2 ਦਿਨ ਪਿੱਛੇ ਦੀ ਡਾਰ ਉਹਨੇ ਦੇ ਕੇ ਸੜਿਆ ਹੋਏਗਾ ਨਾ, ਅੱਲਾ ਦੇ ਹੁਣ ਪ੍ਰਵਾਸ ਉੱਥੇ ਲੈ ਜਾਏਗਾ ਆਪਣੀ। ਅਤੇ ਕੁਝ ਭਰਾਵਾਂ ਦਾ ਮੈਨੂੰ ਫੋਨ ਦਾ ਹੀ ਰੌਲਾ ਰਹਿੰਦਾ, ਇੱਕ ਨੰਬਰ ਨਹੀਂ ਲੱਗਦਾ ਵੀਰ ਜੀ, ਜਿਹੜੇ ਆਊਟ ਆਫ ਕੰਟਰੀ ਨਾ 092 ਪਾਕਿਸਤਾਨੀ ਕੋਡ ਲਓ, ਇਨਸ਼ਾਅੱਲਾ ਤੁਹਾਡਾ ਨੰਬਰ ਈਜ਼ੀ ਲੱਗ ਜਾਏਗਾ। ਜਿਹੜੇ ਪਾਕਿਸਤਾਨੀ ਭਰਾ ਨੇ ਉਹਨਾਂ ਕੋਲ ਪਾਕਿਸਤਾਨੀ ਨੰਬਰ ਵੀ ਹੈ, UAE ਦਾ ਨੰਬਰ ਵੀ ਹੈ, ਦੋਵੇਂ ਨੰਬਰ ਨੇ, ਯਾਨੀ ਕਿ ਦੁਬਈ ਦਾ ਵੀ। ਜਿਹੜੇ ਭਰਾ ਦੁਬਈ ਵਾਲੇ ਨੰਬਰ 'ਤੇ ਅਗਰ ਮੇਰੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਤਾਂ ਉਹ 00+97 ਯਾਨੀ ਕਿ ਲਾਉਣ। ਜਿਹੜੇ ਪਾਕਿਸਤਾਨੀ ਨੰਬਰ 'ਤੇ ਆਊਟ ਆਫ ਕੰਟਰੀ 'ਚੋਂ ਯਾਨੀ ਕਿ ਪਾਕਿਸਤਾਨ ਤੋਂ ਬਾਹਰੋਂ ਮੇਰੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਪਾਕਿਸਤਾਨੀ ਨੰਬਰ 'ਤੇ, ਅਤੇ ਉਹ +92 ਲਾਜ਼ਮੀ ਲਾ ਲਾ ਜੀ ਲਾਇਆ ਕਰੋ, ਫਿਰ ਈਜ਼ੀ ਇਨਸ਼ਾਅੱਲਾ ਤੁਹਾਡਾ ਨੰਬਰ ਯਾਨੀ ਕਿ ਲੱਗ ਜਾਏਗਾ ਅਤੇ ਵਟਸਐਪ ਸ਼ੋਅ ਹੋ ਜਾਏਗਾ। ਮੈਂ ਤਾਂ ਹੁਣ ਬਾਰ ਬਾਰ ਦੋਵੇਂ ਨੰਬਰ ਚਲਾਉਂਦਾ ਪਿਆ, ਫਿਰ ਵੀ ਕੁਝ ਭਰਾਵਾਂ ਦੇ ਇਹ ਮੈਸੇਜ ਹੈ ਕਿ ਨੰਬਰ ਸ਼ੋਅ ਨਹੀਂ ਹੋ ਰਿਹਾ। ਅਤੇ ਠੀਕ ਹੈ ਲਾਲਾ ਜੀ, ਇਜਾਜ਼ਤ ਦਿਓ ਇਨਸ਼ਾਅੱਲਾ, ਅਗਲੀ ਵੀਡੀਓ ਫਿਰ ਅੱਲਾ ਖਿਆਲ ਰੱਖੇ ਕਿਸੇ ਹੋਰ ਮੌਜੂਦ ਇਨਸ਼ਾਅੱਲਾ, ਜਿਹੜੀ ਜ਼ਰੂਰਤ ਹੋਈ ਇਨਸ਼ਾਅੱਲਾ ਮੈਂ ਹੁਣ ਕੋਸ਼ਿਸ਼ ਕਰਾਂਗਾ ਜਿਹੜੀ ਆਉਣ ਵਾਲੇ ਵਕਤ ਦੀਆਂ ਜ਼ਰੂਰਤਾਂ ਨਾ ਉਸੇ ਮੌਜੂਦ ਇਨਸ਼ਾਅੱਲਾ ਵੀਡੀਓ ਭਰਾਵਾਂ ਦਿਆਂ। ਠੀਕ ਹੈ ਲਾਲਾ ਜੀ, ਅਸਲਾਮ ਅਲੈਕੁਮ ਵਰਹਿਮਤੁਲਾਹ ਵਬਰਕਾਤ।